ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੁਣਿਆ ਫਿਲਹਾਲ ਸੁਨੀਲ ਜਾਖੜ ਦੀ ਮੁੱਖ ਮੰਤਰੀ ਨੂੰ ਸੁਨੀਲ ਜਾਖੜ ਜ਼ਿਆਦਾ ਹੀ ਫਿਕਰ ਹੈ ਪਾਕਿਸਤਾਨ ਦੀ ਦਰਅਸਲ ਸੁਨੀਲ ਜਾਖੜ ਦੇ ਵੱਲੋਂ ਪਾਕਿਸਤਾਨ ਦੇ ਹੱਕ ਦੇ ਵਿੱਚ ਜੋ ਕਿਹਾ ਗਿਆ ਸੀ ਕਿ ਦੀਵਾਲੀਆ ਹੋ ਚੁੱਕੇ ਆ ਪਾਕਿਸਤਾਨ ਅਜੇ ਦੇ ਵਿੱਚ ਸਦਭਾਵਨਾ ਵਾਲੀ ਭਾਵਨਾ ਦਿਖਾਉਣ ਦੀ ਜ਼ਰੂਰਤ ਹੈ ਔਰ ਦੀਵਾਲੀਆ ਪਾਕਿਸਤਾਨ ਦੀ ਮਦਦ ਕਰਨ ਦੀ ਜ਼ਰੂਰਤ ਹੈ ਦੀਵਾਲੀਆ ਹੋਏ ਪਾਕਿਸਤਾਨ ਦੇ ਲਈ ਮਦਦ ਦੇ ਲਈ ਭਾਰਤ ਨੂੰ ਹੱਥ ਅੱਗੇ ਵਧਾਉਣੇ ਚਾਹੀਦੇ ਨੇ ਇਸੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ਼ ਕੱਸਿਆ ਕਿ ਕੀ ਕਰਾਂਗੇ ਪਾਕਿਸਤਾਨ ਦੇ ਨਾਲ ਵਪਾਰ ਕਰਕੇ ਮੁੱਖ ਮੰਤਰੀ ਨੇ ਕਿਹਾ ਸੁਨੀਲ ਜਾਖੜ ਦੀ ਅਪੀਲ ਤੇ ਮੁੱਖ ਮੰਤਰੀ ਨੇ ਤੰਜ਼ ਕੱਸਿਆ ਸੁਨੀਲ ਜਾਖੜ ਨੂੰ ਜ਼ਿਆਦਾ ਹੀ ਫਿਕਰ ਹੈ ਪਾਕਿਸਤਾਨ ਦੀ ਮੁੱਖ ਮੰਤਰੀ ਨੇ ਕਿਹਾ ਜਾਖੜ ਨੂੰ ਜ਼ਿਆਦਾ ਫਿਕਰ ਤਾਂ ਕਿਹਨੂੰ ਭੇਜ ਦੇਣ ਪਾਕਿਸਤਾਨ ਸਾਨੂੰ ਜ਼ਹਿਰ ਰੋਜ਼ ਭੇਜ ਰਿਹਾ ਮੁੱਖ ਮੰਤਰੀ ਨੇ ਕਿਹਾ ਕਿ ਕੀ ਕਰਾਂਗੇ ਪਾਕਿਸਤਾਨ ਦੇ ਨਾਲ ਵਪਾਰ ਕਰਕੇ ਰੋਜ਼ ਜ਼ਹਿਰ ਭੇਜਦਾ ਔਰ ਸੁਨੀਲ ਜਾਖੜ ਨੂੰ ਜ਼ਿਆਦਾ ਫਿਕਰ ਹੈ ਤਾਂ ਕਿਹਨੂੰ ਭੇਜ ਦੇਣ ਪਾਕਿਸਤਾਨ ਦੱਸਦੇ ਕਿ ਪਾਕਿਸਤਾਨ ਦੇ ਵਿੱਚ ਜੋ ਇਸ ਵੇਲੇ ਮੌਜੂਦਾ ਹਾਲਾਤ ਨੇ ਔਰ ਮੌਜੂਦਾ ਹਾਲਾਤ ਇਹ ਕਿ ਪਾਕਿਸਤਾਨ ਬਿਲਕੁਲ ਦੀਵਾਲੀਆ ਹੋ ਚੁੱਕਿਆ ਔਰ ਦਾਣੇ ਦੇ ਇੱਕ ਇੱਕ ਅੰਨ ਦੇ ਇੱਕ ਇੱਕ ਦਾਣੇ ਦੇ ਲਈ ਮੁਹਤਾਜ ਹੋ ਚੁੱਕਿਆ ਪਾਕਿਸਤਾਨ ਤਾਂ ਸੁਨੀਲ ਜਾਖੜ ਦੇ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਚਾਹੇ ਪਾਕਿਸਤਾਨ ਸਾਡਾ ਕੱਟੜ ਦੁਸ਼ਮਣ ਹੈ ਲੇਕਿਨ ਅੱਜ ਮਦਦ ਦੇ ਹੱਥ ਅੱਗੇ ਵਧਾਉਣੇ ਚਾਹੀਦੇ ਨੇ ਅਨਮੋਲ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਦੇ ਵਿੱਚ ਕੀ ਕੁਛ ਕਿਹਾ ਔਰ ਸਭ ਤੋਂ ਅਹਿਮ ਕਿ ਸੁਨੀਲ ਜਾਖੜ 'ਤੇ ਉਹਨਾਂ ਦੇ ਬਿਆਨ ਨੂੰ ਲੈ ਕੇ ਜੋ ਉਹਨਾਂ ਨੇ ਨਿਸ਼ਾਨਾ ਸਾਧਿਆ ਤੰਜ਼ ਕੱਸਿਆ ਜੀ ਬਿਲਕੁਲ ਦੇਖੋ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਇੱਕ ਪੀਸੀ ਸੀਗੀ ਉਸ ਦੇ ਵਿੱਚ ਅੱਜ ਕਾਫੀ ਜਿਹੜੇ ਕਿ ਹੈ ਬੇਵਾਕੀ ਦੇ ਨਾਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲਦੇ ਹੋਏ ਨਜ਼ਰ ਆਏ ਸਾਫ਼ ਤੌਰ ਤੇ ਕਿਹਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਡਿਟੇਲ ਦਿੱਤੀ ਗਈ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਕੰਪਨੀ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਨਿਵੇਸ਼ ਕੀਤਾ ਜਾ ਰਿਹਾ ਉਸ ਨਿਵੇਸ਼ ਦੇ ਕਰਕੇ ਕਿੰਨਾ ਕਿੰਨਾ ਪੈਸਾ ਜਿਹੜਾ ਕੀ ਹੈ ਉਹ ਪੰਜਾਬ ਜਿਹੜਾ ਨਿਵੇਸ਼ ਤੋਂ ਬਾਅਦ ਕਿੰਨੀ ਕਿੰਨੀ ਇੰਪਲਾਇਮੈਂਟ ਜਨਰੇਸ਼ਨ ਜਿਹੜੀ ਕੀ ਹੈ ਉਹ ਪੰਜਾਬ ਦੇ ਵਿੱਚ ਹੋਏਗੀ ਇਹ ਤਮਾਮ ਚੀਜ਼ਾਂ ਨੂੰ ਡਿਟੇਲ ਦੇ ਵਿੱਚ ਦੱਸਦੇ ਹੋਏ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਨਿਵੇਸ਼ ਦੇ ਉੱਪਰ ਜਿਹੜੇ ਕਾਫੀ ਸਵਾਲ ਖੜੇ ਹੋ ਰਹੇ ਸੀਗੇ ਉਹ ਸਵਾਲਾਂ ਦੇ ਉੱਪਰ ਵੀ ਕਿਉਂਕਿ ਵਿਰੋਧੀਆਂ ਵੱਲੋਂ ਜੋ ਸਵਾਲ ਕੀਤੇ ਜਾਂਦੇ ਸੀਗੇ ਉਹਨਾਂ ਸਵਾਲਾਂ ਦੇ ਉੱਪਰ ਵੀ ਜਵਾਬ ਦਿੰਦੇ ਨਜ਼ਰ ਆਏ ਤੇ ਕਿਤੇ ਨਾ ਕਿਤੇ ਤੰਜ ਵੀ ਕੱਸਦੇ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਜਿਹੜੀ ਕੰਪਨੀ ਆਉਂਦੀ ਸੀਗੀ ਪੰਜਾਬ ਦੇ ਵਿੱਚ ਤਾਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਕਿਸ ਤਰੀਕੇ ਦੀ ਸਪੋਰਟ ਚਾਹੀਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਤੰਗ ਨਾ ਕਰਿਓ ਜਾਣੇ ਕਿ ਪਿਛਲੀ ਸਰਕਾਰਾਂ ਤੇ ਸਿੱਧੇ ਤੌਰ ਤੇ ਇਹ ਸਵਾਲ ਖੜਾ ਕੀਤਾ ਜਾਂ ਕਿਹਾ ਜਾਵੇ ਇਹ ਐਲੀਗੇਸ਼ਨ ਲਾਇਆ ਕਿ ਪਿਛਲੀ ਸਰਕਾਰਾਂ ਵੱਲੋਂ ਸਿਰਫ ਤੰਗ ਕੀਤਾ ਜਾਂਦਾ ਸੀਗਾ ਜੋ ਤਮਾਮ ਜਿਹੜੇ ਇਨਵੈਸਟਰ ਸੀਗੇ ਉਸ ਤੇ ਕਰਕੇ ਜਿਹੜੇ ਇਨਵੈਸਟਰ ਸੀਗੇ ਪੰਜਾਬ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਸੀਗੇ ਇਹ ਤਮਾਮ ਚੀਜ਼ਾਂ ਨੂੰ ਵੇਖਦੇ ਹੋਏ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਵੱਡੇ ਸਵਾਲ ਵੀ ਖੜੇ ਕੀਤੇ ਨਾਲ ਦੇ ਨਾਲ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਨਵੈਸਟਮੈਂਟ ਵੀ ਆਏਗੀ ਪੰਜਾਬ ਦੇ ਵਿੱਚ ਤਾਂ ਦੂਜੇ ਪਾਸੇ ਇੰਪਲਾਇਮੈਂਟ ਜਨਰੇਸ਼ਨ ਜੋ ਕੀ ਹੈ ਉਹ ਵੀ ਕਾਫੀ ਜ਼ਿਆਦਾ ਹੋਏਗੀ ਤੇ ਕਿਤੇ ਨਾ ਕਿਤੇ ਇੰਡਸਟਰੀਜ਼ ਵੱਲੋਂ ਇਹ ਵੀ ਭਰੋਸਾ ਜਤਾਇਆ ਗਿਆ ਕਿ ਜਿੱਥੇ ਜਿੱਥੇ ਪਲਾਂਟਸ ਲੱਗਣਗੇ ਉੱਥੇ ਉੱਥੇ ਹੀ ਇਹ ਉਸ ਨੇੜੇ ਤੋਂ ਹੀ ਜਿਹੜੀ ਇੰਪਲਾਇਮੈਂਟ ਆ ਉਹ ਲੋਕਾਂ ਨੂੰ ਦਿੱਤੀ ਜਾਊਗੀ ਤਾਂ ਕਿ ਜਿਹੜੀ ਇੰਪਲਾਇਮੈਂਟ ਆ ਉਹ ਆਸ ਪਾਸ ਦੇ ਲੋਕਲਾਈਟਸ ਨੂੰ ਜ਼ਿਆਦਾ ਮਿਲੇ ਜੀ ਠੀਕ ਹੈ ਔਰ ਜ਼ਾਹਿਰ ਜੀ ਗੱਲ ਹੈ ਕਿ ਜਿਸ ਤਰ੍ਹਾਂ ਕਿ ਵੱਖ ਵੱਖ ਕਿਉਂਕਿ ਇੰਡਸਟਰੀ ਦੇ ਵਿੱਚ ਇੰਡਸਟਰੀ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਪੂਰਾ ਬਿਊਰਾ ਦਿੱਤਾ ਕਿ ਕਿਸ ਕਦਰ ਕਿਹੜੇ ਕਿਹੜੇ ਖੇਤਰ ਦੇ ਵਿੱਚ ਕਿੰਨਾ ਕਰੋੜਾਂ ਦਾ ਲੱਖਾਂ ਦਾ ਜੋ ਇਨਵੈਸਟ ਕਿਤੇ ਜਾਣ ਦੀ ਤਜਵੀਜ਼ ਹੈ ਇੱਕ ਚੰਗਾ ਮਾਹੌਲ ਜੋ ਹੈ ਪੰਜਾਬ ਦੇ ਵਿੱਚ ਦਿੱਤਾ ਜਾਏਗਾ ਇਨਵੈਸਟਰਸ ਨੂੰ ਤਾਂ ਨੌਜਵਾਨਾਂ ਨੂੰ ਜ਼ਾਹਿਰ ਜੀ ਗੱਲ ਹੈ ਕਿ ਨੌਕਰੀਆਂ ਮਿਲਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਗਗਨ ਕਿਉਂਕਿ ਜਿਸ ਤਰੀਕੇ ਨਾਲ ਜਿਹੜੀ ਇਨਵੈਸਟਮੈਂਟ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ ਪ੍ਰਪੋਜ਼ਡ ਇੰਪਲੋਇਮੈਂਟ ਵੀ ਜਿਹੜੀ ਕੀ ਆਂਕੜਿਆਂ ਦੇ ਵਿੱਚ ਬਕਾਇਦਾ ਦੱਸੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਕਿਸ ਕੰਪਨੀ ਵੱਲੋਂ ਕਿੰਨੇ ਕੁ ਨਿਵੇਸ਼ ਜਿਹੜਾ ਕੀ ਹੈ ਉਹ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਸ ਨਿਵੇਸ਼ ਦੇ ਕਰਕੇ ਕਿੰਨੇ ਕੁ ਜ਼ਿਆਦਾ ਇੰਪਲੋਇਮੈਂਟ ਜਿਹੜੀ ਕੀ ਹੈ ਉਹ ਜਨਰੇਟ ਕੀਤੀ ਜਾਊਗੀ ਇਹ ਦੋਵੇਂ ਆਂਕੜੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਦਿੱਤੇ ਗਏ ਤਾਂ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਸ਼ੱਕ ਹੈ ਕਿਉਂਕਿ ਹਮੇਸ਼ਾ ਜਦੋਂ ਇਹੋ ਜਿਹੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਵਿਰੋਧੀਆਂ ਵੱਲੋਂ ਸਵਾਲ ਜ਼ਰੂਰ ਚੱਕੇ ਜਾਂਦੇ ਆ ਤਾਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਸ਼ੱਕ ਹੈ ਤਾਂ ਅਸੀਂ ਐਡਰੈਸ ਵੀ ਦੇਣ ਨੂੰ ਤਿਆਰ ਆ ਅਸੀਂ ਐਡਰੈਸ ਦੇ ਦਾਂਗੇ ਤੇ ਉੱਥੇ ਜਾ ਕੇ ਜਿਸ ਕਿਸੇ ਨੂੰ ਸ਼ੱਕ ਹੋਏ ਉਹ ਜਾ ਕੇ ਚੈੱਕ ਵੀ ਕਰ ਸਕਦਾ ਹੈ
तमाम चीजा अज जिस तरीके दे नाल पंजाब दे मुख्यमंत्री भगवंत सिंह मान होरां वल्लों कहीआं गईआं उस दे विच कितें ना कितें क्लीयर हुंदा नजर आया कि एक पासे इंपलॉयमेंट भी जनरेट हो रही है हुण पंजाब दे विच तां दूजे पासे निवेश भी पंजाब दे विच आ रहा जिस दे करके इकोनॉमिक बूस्ट जिहड़ा कि उह पंजाब नूं आने वाले दिनों दे विच जरूर मिलदा नजर आऊगा। और सुनील जाखड़ दे वल्लों दित्ते गए बयान कि दिवालिया पाकिस्तान की मदद की जानी चाहिए है, सद्भावना की भावना दिखानी चाहिए है, इससे भी मुख्यमंत्री ने हाँ जी बिल्कुल पाकिस्तान का भी तंज जिहड़ा कि है वो कसिया गया साफ तौर पर कहा गया कि जेकर सुनील जाखड़ ज्यादा ही फिक्र है पाकिस्तान की तो वो अपने वालों किनू जिहड़े कि भेज दें क्योंकि जिस इलाके तो बिलोंग करते हैं उत्थे किनू की प्रोडक्शन काफी ज्यादा होंदी है। पाकिस्तान दे नाल व्यापार की जो गल की उन्होंने वालों कहा गया कि जेकर कोई इंटरनेशनल मुद्दा है सब तो पहली गल जेकर माहौल यहो जिहा बनता तो असीं जरूर चाहवांगे कि उन्होंने नाल व्यापार किया जाए लेकिन पाकिस्तान अपनी हरकतों तो बाज नहीं आ रहा कदे निवेश नहीं बल्कि उन्होंने वालों ड्रोन भेजे जाते अटैक्स किए जाते हैं नापाक मनसूबे उन्होंने लगातार दिख रहे हैं जिसके करके हजे जिहड़ा माहौल है उसके संभव नहीं है कि पाकिस्तान दे नाल किसी तरीके का व्यापार किया जाए। जी ठीक है बाबा शुक्रिया अनमोल फिलहाल तक की जानकारी देने अज सुनील जाखड़ साहब ने कहा कहते उन्होंने मदद करो ठीक है ना सो जाखड़ साहब क्योंकि नाल लगते हैं बोर तो परले पास उनको तुम किनू भेज लो उतों जो उतों भेजे जाते हैं सो इस करके जिहड़े कंट्री नाल साडे संबंध ही ठीक नहीं हैगे जिहड़ा कंट्री सानू हर रोज़ मारन वास्ते साडे नौजवान नू मारन वास्ते जहर भेज रहा स्लो पॉइजनिंग भेज रहा असी उन्हां नाल व्यापार करके की करांगे साडे कोले होर बहुत कुछ है पूरी दुनिया खुली है पंजाब लई असी उन्हां नाल एग्रीमेंट करांगे ते पंजाब नू खुशहाल बनावांगे।